एक इनह्यूमेन ट्रीटमेंट की दिखती जा रही है चंडीगढ़ पुलिस वालों। जी इथों तक कि उन्होंने बार बार कहा जा रहा है कि तुम अपना कड़ा उतारो। कड़ा उतारन का तो कोई तुक नहीं बनता। केस अपनी कोर्टा में लड़िया जाना है, जी किसी से इदा का दबाव पाना कि अपना कड़ा लाओ। मेरी परसनल सोच यह है कि उन्होंने सिख होने का बदला लिता जा रहा है, उन्होंने बदसलूकी की जा रही है, उन्होंने धक्का किया जा रहा है अंदर। और कल रात तो कल शाम तो मेरे फादर ने हंगर स्ट्राइक पे बैठे ने। बाकी जिथे तक जगीर कौर और प्रधान की गल आती इन्हों तो मैं कोई आस नहीं है जी। ये तो गुरु साहब की बेअदबी का नहीं कुछ कर सके, तो मेरे फादर का की करेंगे। मैं ही दसदा है कि ये जो अज मेरे नाल मेरे फैमिली नाल मेरे फादर नाल हो रहा है, ये सच बोलन का नतीजा है इस देश विच। जी ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਗੱਲ ਕਰ ਰਹੇ ਜੀ, ਬੀਚ ਸਟਾਫ ਰਿਪੋਰਟਰ ਚ ਅਮਰਜੀਤ ਸੀ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਅਮਰਜੀਤ ਜੀ। ਸਰ ਸਰ ਠੀਕ ਹੋ ਜੀ? ਸਭ ਵਧੀਆ ਜੀ, ਥੈਂਕ ਯੂ। ਖੈਰ ਸਰ, ਜਿਹੜਾ ਇਹ ਮਾਮਲਾ ਹੋਇਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਲਗਾਤਾਰ ਜਿਹੜਾ ਰਿਪੋਰਟਾਂ ਆ ਰਹੀਆਂ ਨੇ ਕਿ ਹਾਂ ਜਿਹੜਾ ਕੜਾ ਤਾਰਨ ਦੀ ਗੱਲ ਕੀਤੀ ਗਈ ਹੈ ਜੋ ਕਿ ਆਪਣੀ ਸਿੱਖੀ ਦਾ ਨਿਸ਼ਾਨ ਹੈ, ਉਸ ਨੂੰ ਲੈ ਕੇ ਤੁਹਾਡੇ ਕੋਲੋਂ ਕੀ ਜਿਹੜਾ ਰੁੱਖ ਬਣਾਇਆ ਜਾ ਰਿਹਾ ਜੀ? ਦੇਖੋ, ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੀ ਕਿ ਹਰ ਦਿਨ ਹਰ ਰੋਜ਼ ਸਪਾਈ ਕੋਰਟ ਆਰਡਰ ਸਾਨੂੰ ਇੱਕ ਵਿਜ਼ਿਟੇਸ਼ਨ ਰਾਈਟ ਦਿੱਤੀ ਗਈ ਹੈ ਕੌਂਸਲਸ ਨੂੰ। ਉੱਥੋਂ ਸਾਨੂੰ ਪਤਾ ਚੱਲਿਆ ਕਿ ਮੇਰੇ ਫਾਦਰ ਨੇ ਇੱਕ ਫਾਦਰ ਅੰਦਰ ਜੇਲ੍ਹ ਵਿੱਚ ਹੰਗਰ ਸਟ੍ਰਾਈਕ 'ਤੇ ਬੈਠੇ ਨੇ, ਉਹਨਾਂ ਦੇ ਖਿਲਾਫ ਬਹੁਤ ਇੱਕ ਇਨਹਿਊਮੇਨ ਟ੍ਰੀਟਮੈਂਟ ਦਿੱਤੀ ਜਾ ਰਹੀ ਹੈ ਚੰਡੀਗੜ੍ਹ ਪੁਲਿਸ ਵੱਲੋਂ। ਇੱਥੋਂ ਤੱਕ ਕਿ ਉਹਨਾਂ ਨੂੰ ਬਾਰ ਬਾਰ ਕਿਹਾ ਜਾ ਰਿਹਾ ਕਿ ਤੁਸੀਂ ਆਪਣਾ ਕੜਾ ਉਤਾਰੋ। ਕੜਾ ਉਤਾਰਨ ਦਾ ਤਾਂ ਕੋਈ ਤੁੱਕ ਨਹੀਂ ਬਣਦਾ ਇਸ ਲੈਵਲ ਤੇ, ਇਹ ਜੀ ਕੋਈ ਡਿਮਾਂਡ ਰੱਖਣੀ ਬਹੁਤ ਹੀ ਇੱਕ ਬਹੁਤ ਮੰਦਭਾਗੀ ਗੱਲ ਹੈ। ਬੇਸਿਕ ਹਿਊਮਨ ਅਮੈਨਿਟੀਜ਼ ਜੋ ਹੁੰਦੀਆਂ, ਦੇਖੋ ਜੋ ਵੀ ਕੇਸ ਹੈ, ਚਲੋ ਸੱਚਾ ਝੂਠਾ ਜੋ ਵੀ ਹੈ, ਕੇਸ ਆਪਣੀ ਕੋਰਟਾਂ ਵਿੱਚ ਲੜਿਆ ਜਾਣਾ ਹੈ, ਕਿਸੇ ਤੇ ਇੱਦਾਂ ਦਾ ਦਬਾਅ ਪਾਉਣਾ ਕਿ ਆਪਣਾ ਕੜਾ ਲਾਓ। ਮੇਰੀ ਪਰਸਨਲ ਸੋਚ ਇਹ ਹੈ ਕਿ ਉਹਨਾਂ ਤੇ ਸਿੱਖ ਹੋਣ ਦਾ ਬਦਲਾ ਲਿੱਤਾ ਜਾ ਰਿਹਾ ਹੈ। ਪਾਂਡੇ ਨਾਮ ਦਾ ਕੋਈ ਉੱਥੇ ਕੋਈ ਕਾਂਸਟੇਬਲ ਜਾਂ ASI ਹੈ, ਉਹਦਾ ਕੀ ਆਧਾਰ ਹੈ ਕਿ ਮੇਰੇ ਫਾਦਰ ਨੂੰ ਜਾ ਕੇ ਕਹੇ ਕਿ ਤੁਸੀਂ ਆਪਣਾ ਕੜਾ ਉਤਾਰੋ? ਮਾਈ ਫਾਦਰ ਇਜ਼ ਨੋਟ ਏ ਕਨਵਿਕਟ, ਨੋ ਕੋਰਟ ਆਫ ਲਾਅ ਹੈਜ਼ ਕਨਵਿਕਟਿਡ ਹਿਮ। ਇਟ ਇਜ਼ ਬੇਸਿਕਲੀ ਇੰਟਾਇਰਲੀ ਇੱਕ ਇਨਵੈਸਟੀਗੇਟਿਵ ਸਟੇਟ ਤੇ ਕੇਸ ਪਹੁੰਚਿਆ ਹੈ, ਉਹਨਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ, ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਅੰਦਰ। ਔਰ ਕੱਲ ਰਾਤ ਤੋਂ ਕੱਲ ਸ਼ਾਮ ਤੋਂ ਮੇਰੇ ਫਾਦਰ ਨੇ ਹੰਗਰ ਸਟ੍ਰਾਈਕ ਤੇ ਬੈਠੇ ਨੇ। ਖੈਰ ਸਾਹਿਬ, ਕੀ ਲੱਗਦਾ ਹੁਣ ਹਾਲਾਤ ਕਿੱਦਾਂ ਦੇ ਨੇ? ਖੈਰ ਸਾਹਿਬ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਇਸ ਤਰ੍ਹਾਂ ਜਿਹੜਾ ਟੋਰਚਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਵੀ ਇਸ ਤਰ੍ਹਾਂ ਕੜਾ ਵੀ ਉਤਾਰ ਦਿੱਤਾ ਗਿਆ ਹੈ, ਤਾਂ ਇਸ ਸੰਬੰਧ ਦੇ ਵਿੱਚ ਕੋਈ ਸਿੱਖਾਂ ਦੇ ਨੁਮਾਇੰਦੇ ਦੀ ਗੱਲ ਕੀਤੀ ਜਾਵੇ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ? ਕਿਉਂਕਿ ਅਕਸਰ ਹੀ ਸਿੱਖਾਂ ਦੇ ਨਾਲ ਜਿਹੜਾ ਇਹ ਵਰਤਾਅ ਹੁੰਦਾ ਹੈ, ਕਦੇ ਕਿਰਪਾਨ ਤਾਰੀ ਜਾਂਦੀ ਹੈ, ਕਦੇ ਸ੍ਰੀ ਸਾਹਿਬ ਦੀ ਗੱਲ ਕੀਤੀ ਜਾਂਦੀ ਹੈ, ਜਾਂ ਕਦੇ ਕੜਾ ਉਤਾਰਨ ਦੀ ਹੁਣ ਗੱਲ ਸਾਹਮਣੇ ਆਈ ਹੈ, ਕਿ ਇਸ ਬਾਰੇ ਕੋਈ ਗੱਲਬਾਤ ਹੋਈ ਹੈ ਤੁਹਾਡੇ ਨਾਲ ਕੋਈ? ਨਹੀਂ, SGPC ਦੇ ਪ੍ਰਧਾਨ ਤਾਂ ਬੀਬੀ ਜਗੀਰ ਕੌਰ ਹੈ ਜੀ। ਹਾਂਜੀ ਹਾਂਜੀ, ਉਹ ਮੇਰੇ ਫਾਦਰ ਦੇ ਕੱਟੜ ਵਿਰੋਧੀ ਨੇ ਜੀ। ਉਹ ਕੀ ਕਰ ਸਕਦੇ ਨੇ ਜੀ? ਉਹ ਤਾਂ ਆਪ ਬੰਨੇ ਹੋਏ ਆ, ਉਹਨਾਂ ਦੇ ਤਾਂ ਲੱਤ ਬੰਨੀਆਂ, ਬਾਹਾਂ ਬੰਨੀਆਂ ਪਈਆਂ। ਕੋਈ ਹੋਰ ਸਿੱਖਾਂ ਨਾਲ ਗੱਲਬਾਤ ਕੀਤੀ ਕਿਸੇ ਹੋਰ ਨਾਲ? ਨਹੀਂ, ਮੇਰੀ ਹਜੇ ਕਿਸੇ ਨਾਲ ਗੱਲ ਨਹੀਂ ਹੋਈ। ਮੈਂ ਸਭ ਤੋਂ ਪਹਿਲੇ ਤਾਂ ਕੋਰਟ ਦੇ ਅੰਦਰ ਅਰਜ਼ੀ ਮੂਵ ਕੀਤੀ ਹੈ, ਲੋਕਲ ਜੋ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੇ ਖਿਲਾਫ ਮੈਂ ਉਹਨਾਂ ਨੂੰ ਰੈਪ੍ਰੈਜੈਂਟੇਸ਼ਨਸ ਮੂਵ ਕੀਤੀਆਂ। ਮੇਰੇ ਜਿਹੜੇ ਵਕੀਲ ਭਾਈ ਨੇ ਜੋ ਸਾਨੂੰ ਇਸ ਕੋਰਟ ਕੇਸ ਵਿੱਚ ਅਸਿਸਟ ਕਰ ਰਹੇ ਨੇ, ਉਹ ਚੰਡੀਗੜ੍ਹ ਵਿੱਚ ਉਹ ਕਾਰਵਾਈ ਇਸ ਟਾਈਮ ਪ੍ਰੈਜੈਂਟਲੀ ਜਦ ਆਪਾਂ ਗੱਲ ਕਰ ਰਹੇ ਹਾਂ, ਉਹ ਨਾਲ ਦੀ ਨਾਲ ਉਹ ਕਾਰਵਾਈ ਕਰ ਰਹੇ ਨੇ। ਬਾਕੀ ਜਿੱਥੇ ਤੱਕ ਬੀਬੀ ਜਗੀਰ ਕੌਰ ਔਰ ਪ੍ਰਧਾਨ ਦੀ ਗੱਲ ਆਉਂਦੀ, ਇਹਨਾਂ ਤੋਂ ਮੈਨੂੰ ਕੋਈ ਆਸ ਨਹੀਂ ਹੈ ਜੀ। ਇਹ ਤਾਂ ਗੁਰੂ ਸਾਹਿਬ ਦੀ ਬੇਅਦਬੀ ਦਾ ਨਹੀਂ ਕੁਛ ਕਰ ਸਕੇ, ਤੇ ਮੇਰੇ ਫਾਦਰ ਦਾ ਕੀ ਕਰਾਂਗੇ? ਇਹ ਮਿਸ ਕਰਦਾ, ਤੁਹਾਨੂੰ ਲੱਗਦਾ ਨਹੀਂ ਕਿਤਨਾ ਕਿਤੇ ਜਿਹੜਾ ਖਹਿਰਾ ਸਾਹਿਬ ਨੂੰ ਟਾਰਗੇਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਕੀ ਤੁਹਾਨੂੰ ਲੱਗਦਾ ਕਿਤੇ ਰਾਜਨੀਤਿਕ ਪਾਰਟੀ ਦਾ ਕੋਈ ਹਰਕਤ ਹੈ ਕੋਈ? 100% ਵੀ ਨਹੀਂ, 100% ਟਾਰਗੇਟ ਕੀਤਾ ਜਾ ਰਿਹਾ। ਤੁਸੀਂ ਦੇਖੋ ਜਿਹੜਾ ਵੀ ਕੇਸ ਹੈ, ਮੈਂ ਹਜੇ ਇਨਵੈਸਟੀਗੇਟਿਵ ਸਟੇਜ ਤੇ ਹੈ, ਜਿੱਦਣ ਕੋਰਟ ਜਾਊਗਾ ਪਹਿਲੇ 15 ਜਾਂ 15 ਘੰਟੇ 15 ਮਿੰਟਾਂ ਚ ਜਾਂ 1 ਘੰਟੇ ਵਿੱਚ ਕੱਲੀ ਕੱਲੀ ਗੱਲ ਦਾ ਅਸੀਂ ਡਿਸਪਰੂਵ ਕਰ ਸਕਦੇ ਕੋਰਟ ਦੇ ਸਾਹਮਣੇ। ਉਹ ਤਾਂ ਚਲੋ ਕੋਰਟ ਦੇ ਅੰਦਰ ਜਦ ਆਊਗੀ ਗੱਲ ਅਸੀਂ ਤਦ ਦੇਖਾਂਗੇ। ਉਸ ਤੋਂ ਇਲਾਵਾ ਜਦ ਇੱਦਾਂ ਦੀ ਸ਼ਰਾਰਤ ਕੀਤੀ ਜਾਂਦੀ ਹੈ, ਉਹਨਾਂ ਨੂੰ ਉਹਨਾਂ ਦਾ ਕੜਾ ਲਾਹਣ ਦੀ ਗੱਲ ਕੀਤੀ ਜਾਂਦੀ ਹੈ, ਮੈਨੂੰ ਨਾ ਕਿਤੇ ਪਰਸਨਲ ਓਪੀਨੀਅਨ ਹੈ ਮੇਰਾ, ਉਹਨਾਂ ਤੇ ਬਦਲਾ ਲਿੱਤਾ ਜਾ ਰਿਹਾ ਹੈ ਕਿ ਸਿੱਖੀ ਸਿੱਖ ਹੋਣ ਦਾ ਬਦਲਾ ਲਿੱਤਾ ਜਾ ਰਿਹਾ ਉਹਨਾਂ ਤੋਂ, ਕਿਉਂਕਿ ਮੇਰੇ ਫਾਦਰ ਨੇ ਨਾ ਵੱਡੇ ਛੋਟੇ ਗਰੀਬ ਅਮੀਰ ਸਾਰਿਆਂ ਦੀ ਮਦਦ ਕੀਤੀ ਹੈ ਗਰਾਊਂਡ ਲੈਵਲ ਤੇ। ਬਿਲਕੁਲ ਬਿਲਕੁਲ, ਜਿਸ ਤਰ੍ਹਾਂ ਖੈਰ ਸਾਹਿਬ ਗੱਲ ਕੀਤੀ ਆ, ਜਦੋਂ ਵਿਰੋਧੀ ਧਿਰ ਦੇ ਵਿੱਚ ਜਿਹੜਾ ਅਹਿਮ ਭੂਮਿਕਾ ਨਿਭਾ ਰਹੇ, ਤਾਂ ਉਹਨਾਂ ਨੇ ਕਈ ਮਸਲੇ ਚੱਕੇ ਨੇ, ਤਾਂ ਕਈ ਮਸਲੇ ਹੱਲ ਕਰਵਾਉਣ ਦੀ ਗੱਲ ਵਿੱਚ ਗੱਲ ਵੀ ਕਹੀ ਹੈ, ਕਿ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਉਹ ਜਿਹੜੀ ਹੈ ਹੁਣ ਜਿਹੜੀ ਰੰਜਿਸ਼ ਆ ਉਹ ਕਿਤੇ ਨਾ ਕਿਤੇ ਦੇਖਣ ਨੂੰ ਸਾਹਮਣੇ ਆਉਂਦੀ ਹੋਵੇ, ਕੋਈ ਇਸ ਤਰ੍ਹਾਂ ਦਾ ਨਹੀਂ ਹੈ? ਤੁਸੀਂ ਯਕੀਨ ਮੰਨਣਾ, ਮੈਂ ਜਿੱਥੇ ਵੀ ਮੈਨੂੰ ਮੌਕਾ ਮਿਲਦਾ ਮੈਂ ਹੀ ਦੱਸਦਾ ਹਾਂ ਕਿ ਇਹ ਜੋ ਅੱਜ ਮੇਰੇ ਨਾਲ ਮੇਰੇ ਫੈਮਿਲੀ ਨਾਲ ਮੇਰੇ ਫਾਦਰ ਨਾਲ ਹੋ ਰਿਹਾ, ਇਹ ਸੱਚ ਬੋਲਣ ਦਾ ਨਤੀਜਾ ਹੈ ਇਸ ਦੇਸ਼ ਵਿੱਚ। ਜੀ, ਇਸ ਸਿਸਟਮ ਦੇ ਖਿਲਾਫ ਜਦ ਤੁਸੀਂ ਆਵਾਜ਼ ਚੱਕੋਗੇ, ਉਹਨਾਂ ਨੇ ਛੋਟੀਆਂ ਛੋਟੀਆਂ ਸ਼ਰਾਰਤਾਂ ਕਰਨੀਆਂ ਹੁੰਦੀਆਂ,
ਇਹਦੇ ਨਾਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੇਰੇ ਫਾਦਰ ਨੇ ਹਜੇ ਵੀ ਕਾਲਾ ਕੜਾ ਪਾਇਆ ਹੋਇਆ ਜੀ, ਔਰ ਉਹ ਕੋਈ ਲਵਾ ਨਹੀਂ ਸਕਦਾ ਜੀ ਬਿਲਕੁਲ। ਤੇ ਹੁਣ ਅਗਲਾ ਕੀ ਰੁੱਖ ਅਪਣਾਇਆ ਜਾ ਰਿਹਾ ਕਿ ਇਸ ਤਰ੍ਹਾਂ ਗੱਲਬਾਤ ਹੋਈ ਹੈ, ਜਿਵੇਂ ਸੀਐਮ ਸਾਹਿਬ ਦੀ ਗੱਲ ਕੀਤੀ ਆ ਕਿ ਹੈਲਪ ਲੈਣ ਦੀ ਕੋਸ਼ਿਸ਼ ਕੀਤੀ ਆ ਵੀ ਹਾਂ ਇਸ ਤਰ੍ਹਾਂ ਕੜਾ ਦੀ ਗੱਲ ਕੀਤੀ ਜਾ ਰਹੀ ਹੈ। ਇਹ ਜੋ ਜੂਰਿਸਡਿਕਸ਼ਨ ਹੈ ਜੋ ਈਡੀ ਦੀ ਹੈ ਨਾ ਜੀ, ਇਹ ਪੰਜਾਬ ਸਰਕਾਰ ਕੋਲ ਨਹੀਂ ਹੈ। ਮੈਨੂੰ ਇੱਥੇ ਤੱਕ ਖਬਰ ਮਿਲੀ ਸੀ ਕਿਉਂਕਿ ਮੈਂ ਤਾਂ ਟੀਵੀ ਤੋਂ ਬਹੁਤ ਦਿਨਾਂ ਤੋਂ ਦੂਰ ਹੈ, ਮੈਨੂੰ ਕੁਝ ਪਤਾ ਨਹੀਂ ਚੱਲ ਰਿਹਾ ਸੀਗਾ। ਸੀਐਮ ਚੰਨੀ ਸਾਹਿਬ ਨੇ ਵਿਧਾਨ ਸਭਾ ਸੈਸ਼ਨ ਵਿੱਚ ਮੇਰੇ ਫਾਦਰ ਦੇ ਹੱਕ ਵਿੱਚ ਬਿਆਨ ਦਿੱਤਾ। ਮੈਂ ਹਮੇਸ਼ਾ ਉਹਨਾਂ ਦਾ ਦੇਣਦਾਰ ਰਹੂੰਗਾ, ਮੈਂ ਧੰਨਵਾਦੀ ਹਾਂ ਹਰ ਇੱਕ ਇਨਸਾਨ ਦਾ, ਭਾਵੇਂ ਉਹ ਲੀਡਰ ਹੈ ਭਾਵੇਂ ਉਹ ਆਮ ਇਨਸਾਨ ਹੈ। ਕਿਉਂਕਿ ਮੈਨੂੰ ਲਗਾਤਾਰ ਪਿਛਲੇ 4 ਦਿਨਾਂ ਤੋਂ ਸ਼ਾਇਦ ਹਜ਼ਾਰਾਂ ਫੋਨ ਹੀ ਆ ਚੁੱਕੇ ਨੇ, ਹੁਣ ਵੀ ਆਪਾਂ ਗੱਲ ਕਰ ਰਹੇ ਹਾਂ ਤੇ ਪਿੱਛੋਂ ਮੈਨੂੰ 3 ਮਿਸਡ ਕਾਲਾਂ ਆ ਚੁੱਕੀਆਂ। ਜੀ ਜੀ ਸਰ, ਏਦਾਂ ਵੀ ਲੱਗਦਾ ਜਿਵੇਂ ਇਸ ਤਰ੍ਹਾਂ ਰਾਣਾ ਗੁਰਜੀਤ ਦੀ ਗੱਲ ਕੀਤੀ ਹੈ, ਜਦੋਂ ਮਸਲਾ ਚੱਕਿਆ ਸੀ ਤਾਂ ਇਹਨਾਂ ਨੇ ਹੀ ਜਿਹੜਾ ਮਸਲਾ ਚੱਕਿਆ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਕੈਬਨਟ ਦੇ ਵਿੱਚ ਉਤਾਰ ਦਿੱਤਾ ਗਿਆ ਸੀ ਕਿ ਉਹਨਾਂ ਦੇ ਵੀ ਆਧਾਰ ਤੇ ਜੇ ਤਾਂ ਨਹੀਂ ਕੰਮ ਕੀਤਾ ਜਾ ਰਿਹਾ ਕਿ ਉਹਨਾਂ ਤੇ ਸ਼ੱਕ ਜਿੱਤ ਗਿਆ। ਬਿਲਕੁਲ, ਮੈਨੂੰ ਸਮ ਸੋਰਟ ਆਫ ਇਨਫੋਰਮੇਸ਼ਨ ਹੈ ਕਿ ਕਿਸੇ ਦੀ ਇਹ ਸ਼ਰਾਰਤ ਹੈ ਛੋਟੇ ਮੋਟੇ ਲੈਵਲ ਤੇ, ਬਿਕੋਜ਼ ਜਿਹੜਾ ਇਹਨਾਂ ਨੇ ਕੇਸ ਬਣਾਇਆ ਨਾ ਜੀ ਉਹ ਬੇਬੁਨਿਆਦ ਹੈ। ਉਸ ਕੇਸ ਤੇ ਅਰੈਸਟ ਪੈਣੀ ਨਹੀਂ ਚਾਹੀਦੀ ਸੀ। ਦੂਜੀ ਗੱਲ, ਜੋ ਟਾਈਮਿੰਗ ਆਫ ਅਰੈਸਟ ਦੇਖੋ, ਮਾਰਚ 2021 ਦਾ ਸਾਡੇ ਤੇ ਰੇਟ ਪਈ ਹੋਈ ਹੈ 9 ਮਾਰਚ ਦੀ। ਜੇ ਉਹਨਾਂ ਨੇ ਅਰੈਸਟ ਕਰਨਾ ਸੀ, ਨੋਨ ਕੋਆਪਰੇਸ਼ਨ ਸੀ, ਉਹ ਅਗਲੇ ਮਹੀਨੇ ਕਰ ਦਿੰਦੇ, ਉਸ ਤੋਂ ਅਗਲੇ ਮਹੀਨੇ ਕਰ ਦਿੰਦੇ, ਜੂਨ ਚ ਕਰ ਦਿੰਦੇ, ਜੁਲਾਈ ਚ ਕਰ ਦਿੰਦੇ। ਲੇਕਿਨ ਜਦ ਉਹਨਾਂ ਨੇ ਨਵੰਬਰ ਵਿੱਚ ਅਰੈਸਟ ਕੀਤਾ, ਇਹਦੇ ਅੰਦਰ ਇੱਕ ਸ਼ਰਾਰਤ ਦਾ ਜੋ ਹੈ ਸੰਕੇਤ ਆਉਂਦੇ ਨੇ। ਜਿੱਥੋਂ ਤੱਕ ਉਸ ਤੁਸੀਂ ਦਾਗੀ ਮੰਤਰੀ ਦੀ ਗੱਲ ਕੀਤੀ ਹੈ, ਮੇਰੇ ਕੋਲ ਜਿਤਿਨ ਪੁਖਤਾ ਸਬੂਤ ਆ ਗਿਆ, ਆਈ ਐਮ ਔਨ ਮੇਰੇ ਤੇ, ਮੈਂ ਮੈਨੂੰ ਬਿਕੋਜ਼ ਗਰਾਊਂਡ ਲੈਵਲ ਤੇ ਬਹੁਤ ਲੋਕ ਸਾਥ ਦੇ ਰਹੇ ਨੇ, ਜਿਤਿਨ ਮੈਨੂੰ ਇਹ ਇਨਫੋਰਮੇਸ਼ਨ ਪ੍ਰੂਫ ਆ ਗਿਆ, ਮੈਂ ਮੂੰਹ ਤੋੜ ਜਵਾਬ ਦਊਂਗਾ ਸਾਰਿਆਂ ਦਾ। ਸਮਰਥਕਾਂ ਨੂੰ ਕੀ ਕਹਿਣਾ ਚਾਹਣਾ, ਜਿਹੜਾ ਖਹਿਰਾ ਸਾਹਿਬ ਦੇ ਸਮਰਥਕ ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਨੇ, ਲੋਕਾਂ ਦੀ ਆਵਾਜ਼ ਬਣ ਕੇ ਜਿਹੜਾ ਉੱਭਰਦੇ ਨੇ, ਉਹਨਾਂ ਨੂੰ ਕੀ ਅਪੀਲ ਮੰਗਾਂਗੇ? ਮੈਂ ਉਹਨਾਂ ਦਾ ਅੱਗੇ ਸਿਰਫ ਹੱਥ ਜੋੜ ਕੇ ਸਾਥ ਦੇ ਸਕਦਾ, ਉਹਨਾਂ ਦਾ ਧੰਨਵਾਦ ਕਰ ਸਕਦਾ ਜਿੰਨਾ ਸਪੋਰਟ, ਜਿੱਦਾਂ ਮੇਰੇ ਫਾਦਰ ਨੇ ਹਰ ਇੱਕ ਇਨਸਾਨ ਦੀ ਮਦਦ ਕੀਤੀ ਨਾ ਜੀ, ਅੱਜ ਹਰ ਇੱਕ ਇਨਸਾਨ ਉਹਨਾਂ ਦੀ ਸਪੋਰਟ ਵਿੱਚ ਆਇਆ। ਸੋ ਮੈਂ ਮੇਰਾ ਮੈਨੂੰ ਤਾਂ ਮੈਨੂੰ ਮੈਨੂੰ ਖੁਸ਼ੀ, ਮੈਂ ਤੁਹਾਨੂੰ ਦੱਸਾਂ ਇੱਕ ਗੱਲ ਦੀ ਕਿ ਮੈਨੂੰ ਮੌਕਾ ਮਿਲ ਰਿਹਾ ਆਪਣੇ ਫਾਦਰ ਨੂੰ ਡਿਫੈਂਡ ਕਰਨ ਦਾ, ਉਹਨਾਂ ਦੀ ਲੜਾਈ ਲੜਨ ਦਾ, ਕਿਉਂਕਿ ਮੇਰੇ ਫਾਦਰ ਨੇ ਹਰ ਇੱਕ ਇਨਸਾਨ ਦੀ ਲੜਾਈ ਲੜੀ, ਭਾਵੇਂ ਉਹ ਯੁਵਾਪਾ ਹੋਏ, ਯੁਵਾਪਾ 'ਚ ਸਿੱਖਾਂ ਦੇ ਮੁੰਡਿਆਂ ਨੂੰ, ਨੌਜਵਾਨਾਂ ਨੂੰ ਧੱਕੇ ਨਾਲ ਜੇਲ੍ਹਾਂ 'ਚ ਭੇਜਿਆ ਗਿਆ, ਨਵਰੀਤ ਸਿੰਘ ਡਿਬਡਵਾ ਦੇ ਨੂੰ ਜਦ ਉਹਨੂੰ ਮੂੰਹ ਤੇ ਗੋਲੀ ਮਾਰ ਕੇ ਉਹਦਾ ਮਰਡਰ ਕੀਤਾ ਗਿਆ ਦਿੱਲੀ ਪੁਲਿਸ ਵੱਲੋਂ, ਪੂਰੇ ਪੰਜਾਬ ਵਿੱਚੋਂ ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਉਹ ਲੜਾਈ ਲੜੀ ਸੀ, ਬਿਲਕੁਲ ਬਿਲਕੁਲ, ਅੱਜ ਉਹਨਾਂ ਨੂੰ ਡਿਫੈਂਡ ਕਰਨ ਦਾ ਮੈਂ ਸਮਝਦਾ ਮੈਨੂੰ ਤਾਂ ਫਖਰ ਹੁੰਦਾ। ਮੈਨੂੰ ਮੈਨੂੰ ਮਾਣ ਹੈ ਕਿ ਮੈਂ ਉਹਨਾਂ ਦਾ ਬੇਟਾ, ਔਰ ਰੱਬ ਨੇ ਮੈਨੂੰ, ਪਰਮਾਤਮਾ ਨੇ ਮੈਨੂੰ ਇੱਕ ਮੌਕਾ ਦਿੱਤਾ ਕਿ ਜਾ ਆਪਣੇ ਫਾਦਰ ਵਾਸਤੇ ਲੜ, ਤੇ ਮੈਂ ਧੰਨਵਾਦੀ ਹਾਂ ਜੀ ਸਾਰਿਆਂ ਦਾ। ਬਿਲਕੁਲ, ਕੀ ਕਹਿਣਾ ਚਾਹੁੰਦੇ ਉਹਨੂੰ, ਕਿੱਦਾਂ ਦੀ ਇਨਸਾਫ ਦੀ ਮੰਗ ਕਰਦੇ ਹੋ ਕਿ ਸੈਂਟਰ ਸਰਕਾਰ ਦੀ ਗੱਲ ਕੀਤੀ ਜਾਵੇ, ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ, ਕਿੱਦਾਂ ਦੀ ਇਨਸਾਫ ਦੀ ਮੰਗ ਕਰਦੇ ਹੋ ਤੁਸੀਂ? ਦੇਖੋ ਇਨਸਾਫ, ਮੈਂ ਮੇਰਾ ਮਕਸਦ ਦੇਖੋ, ਕੋਟਾ ਕਚਹਿਰੀਆਂ ਦਾ ਮੈਂ ਵਕੀਲ ਹੈ, ਜੋ ਉਹਨਾਂ ਦੀ ਕਾਰਵਾਈ ਹੁੰਦੀ ਉਹ ਚੱਲਦੀ ਰਹਿੰਦੀ ਹੈ, ਥੋੜਾ ਸਲੋ ਪੇਸਟ ਕੰਮ ਹੁੰਦਾ ਸਾਰੇ ਜਾਣਦੇ ਨੇ। ਬਿਲਕੁਲ, ਮੇਰਾ ਤੁਹਾਨੂੰ ਸਾਰਿਆਂ ਨੂੰ ਮੈਂ ਪਬਲਿਕ ਦੇ ਅੱਗੇ ਤਾਂ ਆਪਣੀ ਇਹ ਦਲੀਲ ਰੱਖ ਰਿਹਾ ਕਿਉਂਕਿ ਲੋਕਾਂ ਦੀ ਅੱਖਾਂ 'ਚ ਇਨਸਾਫ ਹੋਣਾ ਚਾਹੀਦਾ ਜੀ। ਮੈਂ ਆਸ ਕਰਦਾ ਕਿ ਲੋਕ ਸਾਨੂੰ ਇਨਸਾਫ ਦਵਾਂਗੇ। ਧੰਨਵਾਦ ਜੀ, ਬਹੁਤ ਬਹੁਤ ਚੜ੍ਹਦੀ ਕਲਾ ਟਾਈਮ ਟੀਵੀ ਤੇ ਗੱਲਬਾਤ ਕਰਨ ਲਈ। ਥੈਂਕ ਯੂ ਸਰ।